ਘਾ ਨੇੜੇ ਹੇਠਾਂ ਉਹ ਵੀ ਆ, ਕੋਈ ਬਹਾ ਹੀ ਨਹੀਂ ਆ, ਖਾਲਾ ਪਾਣੀ। ਤੁਸੀਂ ਘਾ ਵੀ ਨਹੀਂ ਕੱਢਦੇ? ਮਤਲਬ ਚੈੱਕ ਕਰਦੇ ਆ, ਜੇ ਘਾ ਨਾ ਟਕਰਾ ਕੇ ਦੇਖੋ ਨਾ, ਇਹਦੇ ਵਿੱਚ ਖੜ ਕੇ ਮੈਂ ਦਿਖਾਉਂਦਾ। ਹਾਂਜੀ, ਉੱਪਰ ਨਿਕਲ ਰਹੇ, ਬੜੀਆ ਜਾ ਰਹੇ। ਹੁਣ ਇਹਦੀ ਜੋ ਹਾਈਟ ਆ ਇੱਥੇ ਤੱਕ ਪਹੁੰਚੂਗੀ। ਜੀ ਜੀ, ਸਿੱਧਾ ਪੱਤਾ ਫੜਦੇ ਤਾਂ ਉਹਦੇ ਤੱਕ ਹਾਈਟ ਵਿੱਚ ਘਾ ਹੈ ਨਾ, ਇਹਦਾ ਮਤਲਬ ਸਾਡਾ ਪੌਦਾ ਘਾ ਨਾ ਟਕਰਾ ਕੇ ਜਦ ਵੱਡਾ ਹੋ ਗਿਆ, ਇਹਦਾ ਮਤਲਬ ਨੇਚਰ ਦਾ ਜੰਗਲ ਹੀ ਬਣ ਚੁੱਕਿਆ। ਜੰਗਲ ਦੇ ਵਿੱਚ ਤਾਂ ਕਿਸੇ ਜਿਹਨੂੰ ਕੱਟਿਆ ਨੀ, ਜੇ ਸਭ ਤੋਂ ਜ਼ਿਆਦਾ ਨਿਊਟ੍ਰੀਸ਼ਨ ਦਾ ਜੰਗਲ ਕਿਨੇ ਤੇ ਉਸ ਤਰ੍ਹਾਂ ਆ ਗਈ ਚ। ਹਾਂ, ਮਤਲਬ ਖੱਬਲ ਨਾਲ ਟਕਰਾ ਕੇ ਫਸਲ ਬਾਹਰ ਆ ਰਹੀ ਹੈ ਤਾਂ ਜੰਗਲੀ। ਮਤਲਬ ਇਹਦਾ ਇਹ ਹੈ ਵੀ ਇਹ ਚ ਨਿਊਟ੍ਰੀਸ਼ਨ ਸਾਰਿਆਂ ਵਾਸਤੇ ਬਹੁਤ ਆ। ਹਾਂ, ਮਿੱਟੀ ਦੇ ਘਾਹ ਨੂੰ ਪਾਲਣ ਜੋਗੇ ਨਿਊਟ੍ਰੀਸ਼ਨ ਵੀ, ਉਹ ਕਾਰਬਨ ਗਲੀ ਬਣ ਰਹੀ ਆ। ਉਹਦਾ ਘਰ ਹੈ ਮਤਲਬ ਸਿਉਂਕ ਦਾ, ਉਹਦੇ ਦਾ ਰਿਜ਼ਲਟ ਉਲਟਾ ਆ, ਜਿਹੜਾ ਆ ਤੂਤ ਆ ਇਹਦੀ ਗਰੋਥ ਤਿੱਗਣੀ ਹੋਈ, ਦੂਜੇ ਨਾਲ ਵੱਧ ਗਈ, ਤੇ ਜਿਹੜੇ ਕੇਲਿਆਂ ਦੀ ਘੜਾਂ ਲੱਗੀਆਂ ਉਹ ਵੀ ਭਾਰੀ ਲੱਗੀਆਂ, ਹੇਠਾਂ ਤੀਮਕ ਆ ਤੇ ਉਹਦੇ ਇੱਕ ਬੂਟੇ ਦੇ ਤਿੰਨ ਚਾਰ ਬਣ ਗਏ। ਤੁਸੀਂ ਦੇਖੋ ਵੀ ਇਹਨੇ ਜ਼ਿਆਦਾ ਵਿਕਾਸ ਕੀਤਾ, ਇਹਦਾ ਮਤਲਬ ਜਿਹੜੀ ਤੀਮਕ ਸੀਗੀ ਉਹਨੇ ਖੁਰਾਕੀ ਤੱਤ ਵਧਾਏ ਨੇ, ਨਾ ਕਿ ਘਟਾਏ। ਪਰ ਸਾਡੇ ਉਦਯੋਗ ਜਦੋਂ ਸਾਰੇ ਸਾਊਥ ਤੋਂ ਮਹਾਰਾਸ਼ਟਰ ਦੀਆਂ ਗੁੱਟੀਆਂ ਤੋਂ ਉਗਾਏ ਗਏ ਨੇ, ਤੇ ਸਾਰੇ ਅੰਬ ਕੇਲਿਆਂ ਨੇ ਪਾਲੇ ਨੇ, ਗੁਠਲੀ ਦੱਬ ਕੇ ਇਹਨਾਂ ਨੂੰ ਪਾਣੀ ਲਾਇਆ, ਉਹਨਾਂ ਦਾ ਫਲ ਦਿੱਤਾ, ਇੱਧਰ ਵੀ ਲੱਗ ਰਹੇ ਨੇ। ਅਤੇ ਆਹ ਪਹਿਲਾਂ ਕੇਲੇ ਸੰਘਣੇ ਸੀਗੇ, ਪੂਰਾ ਜਿੰਨਾ ਚਾਹੀਦਾ ਉਨਾ ਹੀ ਹੋਊਗਾ। ਹਰੇਕ ਅੰਬ ਦੀ ਕਿਸਮ ਅਲੱਗ, ਪੱਤਿਆਂ ਦਾ ਡਿਜ਼ਾਇਨ ਅਲੱਗ ਹੈ, ਔਰ ਇਹ ਗਾਹਾਂ ਚੱਲ ਆਪਾਂ ਕਾਹਨੂੰ ਜਾਣਾ ਖਾ, ਦੇਖੋ ਪਹਿਲੇ ਪੱਤੇ ਤੇ ਸਮਾਨ ਇਹ ਗੁਠੜੀਆਂ ਤੋਂ ਅੱਗੇ ਅੰਬ ਨੇ, ਹੁਣ ਇੰਨਾ ਲੰਬਾ ਪੱਤਾ ਹੋਵੇ ਤਾਂ ਅੰਬ ਕਿੱਡਾ ਲੱਗੂਗਾ, ਹੈ ਨਾ। ਇਹ ਸਭ ਕੁਦਰਤੀ ਜੰਗਲ ਸਿਸਟਮ ਆ। ਬਾਕੀ ਹੁਣ ਇੱਕ ਹੋਰ ਗੱਲ ਨੋਟ ਕਰੋ, ਫਰਕ ਉੜਿਆ ਕਦੋਂ ਤੁਸੀਂ ਲੱਗਿਆ ਨਹੀਂ ਹਾਰੇ ਲੱਗਣ। ਇੱਕ ਗੱਲ ਤੁਸੀਂ ਹੋਰ ਦੇਖੋ ਵੀ ਜੰਗਲ ਸਿਸਟਮ ਆ ਜਿਹੜਾ, ਆਹ ਧਰਤੀ ਨਿਗਾਹ ਮਾਰੋ, ਤੁਹਾਨੂੰ ਐਂ ਲੱਗੂ ਵੀ ਹੱਥਾਂ ਨਾਲ ਵੜ ਦਾਂਗੇ। ਇਸਕੋ ਪੰਜਾਬੀ ਮੇ ਬੋਲਤੇ ਰੱਬ ਦਾ ਹਲ, ਪ੍ਰਕਿਰਤੀ ਕਾ ਹਲ, ਜੇ ਰੱਬ ਨੇ ਬਣਾਇਆ ਕੇਚੂਆ ਵੋ ਖੋਦਤਾ ਰਹਿਤਾ ਹੈ, 10-15 ਫੁੱਟ ਤੱਕ ਮੈਨੂੰ ਕਰਦਾ ਹੈ। ਹਾਂ, ਸਾਲ ਫਲ ਦਿੰਦੇ ਨੇ, ਪੰਜਾਬ ਦੇ ਵਿੱਚ ਕੋਈ ਫਲ ਹੈ ਨਹੀਂ ਜਿਹੜਾ ਸਾਰਾ ਸਾਲ ਚੱਲੇ। ਖਾਸ ਗੱਲ ਹੈ ਵੀ ਕੇਲਾ ਹਰੇਕ ਕੋਈ ਖਾਣਾ ਪਸੰਦ ਕਰਦਾ, ਪੰਜਾਬੀ ਨਹੀਂ ਖਾਂਦੇ, ਇਹ ਸਬਜ਼ੀ ਦੇ ਰੂਪ 'ਚ ਵੱਧ ਖਾਂ। ਬਾਕੀ ਨਾ ਤੁਸੀਂ ਦੇਖੋ ਕੱਦ ਗਾਠ ਕਿੰਨਾ, ਹੁਣ ਦੇਖੋ ਹੇਠਾਂ ਨਵੇਂ ਬੂਟੇ ਵੀ ਉੱਗ ਰਹੇ ਨੇ, ਗਾਹਾਂ ਵੀ ਆਪਣੀ ਪ੍ਰਕਿਰਤੀ ਵਧਾ ਰਹੇ। ਹਾਂ, ਇਹਦੀ ਗੱਲ ਇੱਕ ਰਹਿ ਗਈ ਵਿਚਾਲੇ, ਇਹ ਤਾਂ ਚਲੋ ਛੋਟਾ ਟੁੱਟਿਆ ਵੱਡਾ ਹੁੰਦਾ, ਇਹ ਕੇਲੇ ਦਾ ਬੱਲਬ ਹੈ। 5-star ਹੋਟਲਾਂ ਦੇ ਵਿੱਚ ਇਹਦੀ ਜਿਹੜੀ ਡਿਸ ਆ, ਮਤਲਬ 400 ਰੁਪਏ ਦੀ ਇੱਕ ਛੋਟੀ ਜਿਹੀ ਤੋਂ ਦਿੰਦੇ ਆ, ਜਿਹਨਾਂ ਨੂੰ ਪਤਾ ਉਹ ਖਾਧੀ ਹੈ। ਹਾਂ, ਇਹਦੇ ਵਿੱਚੋਂ ਕੱਢ ਕੇ ਆ ਖਾਧਾ ਜਾਂਦਾ ਅਤੇ 80 ਰੁਪਏ ਦਾ ਪੀਸ ਵਿਕਦਾ, ਆਪਣੇ ਪੰਜਾਬ 'ਚ 30-40 ਰੁਪਏ ਦਾ ਵਿਕਦਾ, ਅਤੇ ਇਹ ਫ੍ਰੀ 'ਚ ਆਮਦਨ ਦੇ ਗਿਆ। ਸਭ ਤੋਂ ਵੱਧ ਇਹਦੇ ਵਿੱਚ ਤੱਤ ਨੇ ਜਿਹੜੇ ਛੋਟਾ ਕੇਲਾ, ਅਤੇ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਵੀ ਨਹੀਂ ਗਾ, ਅਤੇ ਇਹ ਮਤਲਬ ਤੁਹਾਡਾ ਖਰਚਾ ਵੀ ਨਹੀਂ ਆਇਆ ਅਤੇ ਆਮਦਨ ਵੀ ਲਗਾਤਾਰ ਹੋਈ। ਸਬਜ਼ੀ ਬਣਦੀ ਅਤੇ ਇਸ ਤਰ੍ਹਾਂ ਹਰੇ ਏਰੀਆ ਜ਼ਿਆਦਾ ਮਿਲਦੇ ਨਾ ਬਲੇਡ ਨੂੰ, ਆਹ ਵੀ ਉੱਕਣੇ ਡਿਜ਼ਾਇਨ ਕੀਤੀਆਂ ਨੇ, ਚਿੱਕਣ ਤੁਹਾਡੀ ਮਿੱਟੀ 'ਚ ਸੁੱਕ ਜਾਣੀ ਆ। ਹਾਂ, ਦੇਖੋ ਬਿਲਕੁਲ ਇਹ ਪੂਰਾ ਸਾਫ਼ ਕਰਦਾ ਜਾਊਗਾ। ਇਹ ਤੁਹਾਡਾ ਰੋਟਰੀ ਟਿਲਰ ਨਹੀਂ ਲੈਂਦੇ? ਬਿਲਕੁਲ, ਇਹ ਰੋਟਰੀ ਟਿਲਰ ਨਾਲ ਤੁਹਾਡਾ ਜਾਣੀ, ਹੁਣ ਮੀਂਹ ਪੈਣ ਕਰਕੇ ਮਿੱਟੀ ਜ਼ਿਆਦਾ ਗਿੱਲੀ ਆ, ਪੱਤਰ ਤਾਂ ਹੈ ਨਹੀਂ, ਪਰ ਤੁਸੀਂ ਇਹ ਦੇਖੋ ਵੀ ਔਰਗੈਨਿਕ ਮਿੱਟੀ ਦੀ ਗਿੱਲੀ। ਅਤੇ ਇਸ ਤੋਂ ਬਾਅਦ ਇਹ ਸਾਰੇ ਤੁਹਾਨੂੰ ਦੇ ਦੇਣਾ ਲੱਗ ਗਏ ਨੇ, ਆਹ ਮੇਰਾ ਲੈਵਲ ਕਰ ਲਈ ਆ, ਇਹ ਅਲੱਗ ਅਲੱਗ ਕੰਮ ਕਰਦੇ ਆ, ਜੇ ਬਾਰਿਸ਼ ਕੇ ਤੁਰੰਤ ਬਾਅਦ ਕੰਮ ਕਰੇਗੇ
ਇਹ ਫਿਰ ਇਹਦੇ ਨਾਲ ਮਾਊਂਟ ਕਰ ਲੈਣਾ ਇੱਥੇ ਜੋੜ ਦੇਣਾ ਹੈ ਨਾ ਆ ਜਿਹੜੇ ਆ ਟੂਲ ਨੇ ਖੁੱਲੇ ਇਹਦੇ ਨਾਲ ਕਸੇ ਜਾਂਦੇ ਨੇ ਇਹ ਥੱਲੇ ਕਸੇ ਜਾਂਦੇ ਨੇ ਸਾਡਾ ਡਾਸਾ ਲੱਗਿਆ ਹੋਇਆ ਅਗਲ ਵਾਲੇ ਇੱਧਰ ਕਸੇ ਜਾਂਦੇ ਥੱਲੇ ਆ ਖੋਲ ਦੇਣੇ ਆ ਉਰੇ ਕਸੇ ਜਾਣੇ ਠੀਕ ਹੈ ਆ ਜੇ ਡੂੰਗਾ ਪਾਉਣਾ ਹੈ ਲਈ ਆ ਤੇ ਆ ਦਾਤੀਆਂ ਨੇ ਅਲੱਗ ਅਲੱਗ ਡਿਜ਼ਾਈਨਾਂ ਦੇ ਜੇ ਤੁਸੀਂ ਗੜਾਈ ਕਰਨੀ ਆ ਤਾਂ ਇੰਨੀ ਡੂੰਗੀ ਗੜਾਈ ਕਰ ਸਕਦੇ ਨੇ ਆ ਟੂਲ ਮਿੱਟੀ ਅਭੀ ਗਿੱਲੀ ਜ਼ਿਆਦਾ ਹੈ ਨਾ ਅਬ ਰਾਹ ਬਣ ਗਿਆ ਨਾ ਅਬ ਇੱਕ ਸਮੇਂ ਆਤਾ ਰਹੇਗਾ ਫਿਰ ਆਪਕੋ ਐਸੇ ਜਬ ਚਲੇਗੇ ਨਾ ਜਬ ਹਮ ਪੀਛੇ ਕੋ ਚਲੇਗੇ ਤੋ ਹਮਾਰੇ ਐਕਸਰਸਾਈਜ਼ ਜ਼ਿਆਦਾ ਹੋਤੀ ਹਾਂ ਬਿਲਕੁਲ ਨਦੀਨ ਵੀ ਨਹੀਂ ਕੱਢੇ ਗੱਲ ਕਰ ਲੈਂਦੇ